ਕਿੰਨੇ ਚਿਰ ਦਾ ਪੁੱਤਰ ਬੇਟਾ ਹੈ ਇਹਨੂੰ 12ਵਾਂ ਮਹੀਨਾ ਲੱਗਿਆ ਅੱਛਾ 1 ਸਾਲ ਦਾ ਹੋ ਗਿਆ ਹਾਂਜੀ ਇੱਕ ਜਦਾਂ ਨੇ ਜਨਮ ਲਿਆ ਉਦੋਂ ਤੇ ਬਿਮਾਰ ਹੀ ਰਹਿੰਦੇ ਸੀ ਹਾਂਜੀ ਇੱਕ ਦਿਨ ਵੀ ਇਹੋ ਜਿਹਾ ਨਹੀਂ ਸੀ ਜਾਂਦਾ ਜਿੱਦੇ ਕੋਈ ਦਵਾਈ ਨਹੀਂ ਸੀ ਦਿੰਦੇ ਨੂੰ ਇਹ ਹਮੇਸ਼ਾ ਕਦੇ ਕੋਈ ਖਾਸ ਬਿਮਾਰੀ ਆ ਕਦੇ ਬੁਖਾਰ ਕਦੇ ਖਾਂਸੀ ਜ਼ੁਕਾਮ ਕੋਈ ਨਾ ਕੋਈ ਬਿਮਾਰੀ ਰਹਿੰਦੀ ਸੀ ਇਹਨੂੰ ਅੱਛਾ ਕੋਈ ਇਹ ਜੇ 1 ਸਾਲ ਦੇ ਵਿੱਚ ਕੋਈ ਦਿਨ ਨਹੀਂ ਗਿਆ ਜਿੱਦੇ ਬਿਮਾਰ ਨਹੀਂ ਸੀ ਹਾਂਜੀ ਬਿਮਾਰ ਹੀ ਰਹਿੰਦੇ ਸੀ ਹਾਂਜੀ ਕੀ ਦਿੱਕਤ ਆਉਂਦੀ ਸੀ ਤੁਹਾਨੂੰ ਤੁਹਾਡੇ ਨਾਲ ਬੇਨਤੀ ਤੁਸੀਂ ਦੱਸਣਾ बुखार कारण ही खून घट गया ब्लड चेक कराया ब्लड कट गया ਬਲੱਡ ਲਾਤਾ ਫਿਰ ਖੂਨ ਵੀ ਲਵਾਇਆ ਤੇ 2 ਦਿਨ ਠੀਕ ਰਿਹਾ ਤੇ ਫਿਰ ਬੁਖਾਰ ਹੋ ਗਿਆ 2 ਦਿਨ ਇਹਦੇ ਹੁੰਗਰ ਹੀ ਵੱਜਦੀ ਰਹੀ ਜਮਾਂ ਨਹੀਂ ਸੀ ਦੌੜਦਾ ਵੀ ਤੇ ਫਿਰ ਪ੍ਰਭੂ ਦੇ ਦਾਸ ਤੋਂ ਪ੍ਰਾਰਥਨਾ ਪਾਸਟਰ ਜੀ ਬਹੁਤ ਪਰੇਸ਼ਾਨ ਰਹਿੰਦੇ ਸੀ ਇਹਨਾਂ ਦੇ ਮਨ ਵਿੱਚ ਹਰ ਸਮੇਂ ਇਹ ਖਿਆਲ ਰਹਿੰਦਾ ਸੀ ਕਿ ਸਾਡਾ ਬੱਚਾ ਇਸ ਤਰ੍ਹਾਂ ਬਿਮਾਰ ਕਿਉਂ ਰਹਿੰਦਾ ਹੈ ਅਸੀਂ ਦਵਾਈ ਵੀ ਦਿੰਦੇ ਹਰ ਟਾਈਮ ਤੇ ਵੀ ਦਵਾਈ ਦਿੰਦੇ ਰਹਿੰਦੇ ਆ परमेश्वर ने प्रार्थना की परमेश्वर के आत्मा ने बच्चे नु छुया ਤਾਂ ਉਸੇ ਸਮੇਂ ਉਹਦਾ ਬੱਚਾ ਬਿਲਕੁਲ ਠੀਕ ਹੋ ਗਿਆ ਹੁਣ ਤੁਸੀਂ ਦੱਸੋ ਜੀ ਕਿਵੇਂ ਚੰਗਾਈ ਮਿਲੀ ਤੁਹਾਡੇ ਬੱਚੇ ਨੂੰ ਜਦੋਂ ਅਸੀਂ ਪ੍ਰਾਰਥਨਾ ਕਰਵਾਈ ਉਸ ਤੋਂ ਬਾਅਦ ਅੱਜ ਤੱਕ ਮੇਰੇ ਬੇਟੇ ਨੂੰ ਕਦੇ ਬੁਖਾਰ ਨਹੀਂ ਹੋਇਆ ਕਦੇ ਕੋਈ ਬਿਮਾਰੀ ਨਹੀਂ ਹੋਈ ਅੱਛਾ ਕਿੰਨੇ ਚਿਰ ਤੋਂ ਠੀਕ ਹੋ ਗਏ 1 ਮਹੀਨੇ ਤੋਂ ਠੀਕ ਹੈ 1 ਮਹੀਨੇ ਤੋਂ ਬਿਲਕੁਲ ਠੀਕ ਆ ਅੱਛਾ ਜਦੋਂ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਹੋਈ ਪੇਟ ਤੇ हमारे YouTube चैनल को सब्सक्राइब करें ताकि आप परमेश्वर के गहरे वेदों को जान सकें कि कैसे आप परमेश्वर में बढ़ सकते हैं, कैसे आप दुष्ट आत्माओं से, नशों से, बीमारियों से और वंशों के श्रापों से आजाद हो सकते हैं।